नमस्कार दोस्तों, द फैक्ट आई में आपका स्वागत है। सैन डॉक्टर गुरमीत राम रिम सिंह जिनसा वडेरा सच्चा सौदा के बारे में आम जनता से सवाल कर रहे हैं, जानने की कोशिश कर रहे हैं कि गुरुजी के बारे में लोगों का क्या मानना है। नमस्कार, सतगुरु तेरा। क्या नाम है जी आपका? मेरा नाम शांति देवी जी। क्या काम करते हैं आप? गोल्डन का काम करते हैं। मैं तो करी हुई डेरा सच्चा सौदा के साथ कितने समय से जुड़े हो? सन हो गए 15 साल। 15 सालों में कैसा माहौल लगता है? बहुत बढ़िया माहौल है जी, बहुत बढ़िया। जितना भी चाहिए कोई गल नहीं दे रहे बारे तो बहुत बढ़िया माहौल है। लड़कियों को लेकर कैसा माहौल है? बहुत बढ़िया। हाँ, साड़ी बेटी पोती है, इतने पढ़ती है इस स्कूल से। बहुत बढ़िया माहौल है जी। हॉस्टल में रहती है? हॉस्टल में। हाँ जी, हॉस्टल का माहौल कैसा है लड़कियों को? बहुत ही ज़्यादा बढ़िया। जितना कहिए बेफिक्री है, सब उतने ला के बच्चों को बेफिक्री है। फिर जो मीडिया दिखाया गया सी उन्होंने बारे? मीडिया बहुत गलत दिखाया गया, हर एक गल उ गलत दिखाई गई। ऐसी गल कोई भी नहीं साढ़े डेरे च जो दिखाते। क्यों, मतलब क्यों इस तरीके से? मतलब कोई बच्चे जो होंगे मुठ्ठी भर लोग जिन्होंने नहीं ये गल पाती होंगी कि जचती नहीं। गुरु जी ने किया की है समाज के लिए? बहुत समाज लिए बहुत काम किए, बहुत ज्यादा जो दिता सानू सब कुछ उस उन्होंने दिता। हाँ, कुछ भी नहीं सी उस टाइम, अस कुछ भी नहीं सी जेड़े हूँ अस जहाजा तो चढ़न जोगे हो गए, कारा भी छड़ के। हाँ जी, बहरले बच्चों का बन गया, साडा परिवार का बन गया। देखो साइकिलों पर चलते चलते कितों तक साढ़े गुरु जी ने सू बचाया। गरीबों के लिए की काम किए? गरीबों के लिए तो बहुत ज़्यादा ही काम किए हैं जी, बहुत ज़्यादा। जिन्हें चाहिए देश के लिए की योगदान है उन्होंने? देश लिए सब वास्ते वो करते हैं, सब देश लिए गरीबों लिए सब वास्ते करते हैं। जरूरत है उन्होंने समाज में? हाँ जी, जरूर जरूरत है। ਸਾਡੇ ਗੁਰੂ ਜੀ ਜ਼ਰੂਰ ਆਉਣੇ ਚਾਹੀਦੇ ਸਾਡੇ 'ਚ। ਤਿੰਨ ਚਾਰ ਸਾਲਾਂ ਤੋਂ ਗੁਰੂ ਜੀ ਸਮਾਜ 'ਚ ਨਹੀਂ ਹੈਗੇ? ਨਹੀਂ ਜੀ ਨਹੀਂ। ਕੀ ਪ੍ਰਭਾਵ ਪੈ ਰਿਹਾ ਸਮਾਜ 'ਤੇ? ਸਮਾਜ 'ਤੇ ਬਹੁਤ ਗਲਤ ਪ੍ਰਭਾਵ ਹੈ, ਨਸ਼ੇ ਕਰਨ ਲੱਗ ਗਏ। ਦੇਖੋ ਹੁਣ ਕੀ ਕੁਛ ਹੋ ਹੀ ਜਾਂਦਾ, ਕਿੱਥੋਂ ਤੱਕ ਦੁਨੀਆ ਪਹੁੰਚ ਗਈ। ਗਲਤ ਗਲਤ ਕੰਮ ਹੋਈ ਜਾਂਦੇ ਉਦੋਂ, ਜਦੋਂ ਗੁਰੂ ਜੀ ਆ ਗਏ ਸਾਰੇ ਕੰਮ ਠੀਕ ਹੋ ਜਾਣਗੇ। ਗੁਰੂ ਜੀ ਕਿਸ ਧਰਮ ਨੂੰ ਮੰਨਦੇ ਆ? ਹਾਂਜੀ, ਕਿਸ ਧਰਮ ਦੀ ਸਿੱਖਿਆ ਦਿੰਦੇ ਆ? ਸਾਰੇ ਧਰਮਾਂ ਦੀ ਦਿੰਦੇ ਆ ਜੀ, ਸਾਰੇ ਧਰਮਾਂ ਨੂੰ। ਜੋ ਵੀ ਗਾਇਆ ਆਪਣੇ ਸਾਰੇ ਧਰਮਾਂ ਨੂੰ ਕਹਿੰਦੇ ਆ, ਸਭ ਨੂੰ ਮੰਨਦੇ ਆ। ਜਿਹੜਾ ਦਿਖਾਇਆ ਜਾ ਰਿਹਾ ਸੀ ਪੰਜਾਬ 'ਚ ਇੱਕ ਮੁੱਦਾ ਚੱਲ ਰਿਹਾ ਸੀ ਧਰਮ ਨੂੰ ਲੈ ਕੇ, ਤੁਹਾਡਾ ਕੀ ਮੰਨਣਾ ਹੈ? ਕਿਵੇਂ ਜੀ, ਜਿਵੇਂ ਪੰਜਾਬ 'ਚ ਦਿਖਾਇਆ ਜਾ ਰਿਹਾ ਸੀ ਬਹੁਤ ਅਲੱਗ ਤਰੀਕੇ ਨਾਲ ਧਰਮ ਨੂੰ ਲੈ ਕੇ? ਨਹੀਂ ਜੀ, ਉਹ ਬਹੁਤ ਗਲਤ ਹੈ। ਸਾਰੇ ਸਮਾਜ ਸਾਰੇ ਧਰਮਾਂ ਨੂੰ ਮੰਨਣ ਵਾਲੇ ਆ, ਸਾਨੂੰ ਵੀ ਇਹੀ ਸ਼ਿਕਸ਼ਾ ਮਿਲਦੀ ਹੈ ਕਿ ਸਾਰੇ ਧਰਮਾਂ ਨੂੰ ਮੰਨੋ। ਤੁਸੀਂ ਕਦੇ ਮਤਲਬ ਆਸ਼ਰਮ 'ਚ ਗਏ ਹੋ? ਕਿੰਨੀ? ਹਾਂਜੀ ਗਏ ਆ। ਗੁਫਾ 'ਚ ਕਦੇ ਗਏ? ਹਾਂਜੀ ਗਏ ਆ ਗੁਫਾ 'ਚ। ਆਮ ਜਦੋਂ ਸਾਨੂੰ ਉੱਥੇ ਪ੍ਰਸ਼ਾਦ ਮਿਲਦਾ ਸੀ ਅਸੀਂ ਜਾਂਦੇ ਸੀ, ਬੜਾ ਸੋਹਣਾ ਉੱਥੇ ਨਾਮ ਚਰਚਾ ਹੁੰਦੀ ਸੀ, ਵਧੀਆ ਸੀ ਮਾਹੌਲ। ਕੀ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੋਗੇ, ਕਿਉਂਕਿ ਲੋਕਾਂ ਦੇ ਦਿਮਾਗ 'ਚ ਗੁਫਾ ਹੋ ਗਏ ਜਾਂ ਆਸ਼ਰਮ ਦੇ ਬਹੁਤ ਸਾਰੇ ਅਲੱਗ ਅਲੱਗ ਮੀਡੀਆ ਦੁਆਰਾ? ਅਸੀਂ ਤਾਂ ਦੇਖੋ ਜੀ ਲੋਕਾਂ ਨੂੰ ਇਹੀ ਸਮਝਾਵਾਂਗੇ, ਜੋ ਸਾਥੋਂ ਪੁੱਛਣਗੇ ਦੱਸਾਂਗੇ ਵੀ ਉੱਥੇ ਬਹੁਤ ਵਧੀਆ ਹੀ ਆ। ਜਿੰਨਾ ਕਹਿੰਦੇ ਆਪਾਂ ਗੁਫਾ 'ਚ ਵੀ, ਉੱਥੇ ਵੀ, ਡੇਰੇ 'ਚ, ਇੱਥੇ ਵੀ, ਨਾਮ ਚਰਚਾ 'ਤੇ ਵੀ। ਕੀ ਮੰਗ ਕਰੋਗੇ ਸਰਕਾਰ ਤੋਂ? ਸਰਕਾਰ ਤੋਂ ਸਾਡੀ ਇਹੀ ਮੰਗ ਹੈ ਬਸ ਗੁਰੂ ਜੀ ਬਾਰੇ, ਗੁਰੂ ਜੀ ਇੱਥੇ ਆਓ ਜੀ। ਬਹੁਤ ਬਹੁਤ ਧੰਨਵਾਦ। ਲਗਾਤਾਰ ਜਿਹੜੀ ਮੰਗ ਹੈ ਸਮਾਜ ਦੇ ਅੰਦਰ ਗੁਰੂ ਜੀ ਦੀ ਵੱਧਦੀ ਜਾ ਰਹੀ ਹੈ, ਅਤੇ ਇਹ ਲੋਕ ਕਰਾਰਾ ਤਮਾਚਾ ਮਾਰ ਰਹੇ ਉਹਨਾਂ ਖਬਰਾਂ ਨੂੰ, ਉਹਨਾਂ ਹੈੱਡਲਾਈਨਸ ਨੂੰ ਜਿਹੜੀਆਂ ਮੀਡੀਆ 'ਚ ਦਿਖਾਇਆ ਗਿਆ ਸੀ। ਫਿਰ ਆਖਿਰ ਕਿਉਂ ਗੁਫਾ ਦੇ ਨਾਮ 'ਤੇ ਇੱਕ ਸੰਸਥਾ ਨੂੰ ਬਦਨਾਮ ਕੀਤਾ ਗਿਆ? ਇਹ ਉੱਥੇ ਜਾਣ ਵਾਲੀਆਂ ਲੜਕੀਆਂ, ਉੱਥੇ ਜਾਣ ਵਾਲੀਆਂ ਔਰਤਾਂ ਸਵਾਲ ਕਰ ਰਹੀਆਂ ਨੇ ਸਮਾਜ 'ਤੇ, ਅਤੇ ਮੀਡੀਆ 'ਤੇ ਕਰਾਰਾ ਤਮਾਚਾ ਮਾਰ ਰਹੀਆਂ ਨੇ ਮੂੰਹ 'ਤੇ। ਤੁਸੀਂ ਵੀ ਖੁੱਲ੍ਹੇ ਦਿਮਾਗ ਨਾਲ ਸੋਚ ਕੇ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਪਾਓ। ਦੇਖਦੇ ਰਹੋ ਦਾ ਫੈਕਟ ਆਈ, ਔਰ ਸੱਚ ਦਾ ਸਾਥ ਦੇਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ।